रेडी स्टार्ट ਪੰਜਾਬ ਸਕੂਲ ਨੇ ਮੁੱਢਲੀ ਵਿੱਦਿਆ ਨੂੰ ਵਿਸ਼ੇਸ਼ ਅਹਿਮੀਅਤ ਦੇਣ ਲਈ 25 ਸਾਲ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੰਜਾਬ ਯੂਨੀਵਰਸਿਟੀ ਨਾਲੋਂ ਅਲੱਗ ਕਰਕੇ ਇੱਕ ਨਵੇਂ ਐਕਟ ਰਾਹੀਂ ਇਸ ਦੀ ਨਵੀਂ ਹੋਂਦ ਸਥਾਪਿਤ ਕੀਤੀ ਸੀ ਦੰਡੀ ਸਿੱਖਿਆ ਸ਼ਾਸਤਰੀਆਂ ਦੀ ਸਾਂਝੀ ਰਏ ਇਹ ਸਿੱਖੀ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਕਿਸੇ ਅਜਹੀ ਵਿਦਿਅਕ ਸੰਸਥਾ ਦੀ ਲੋੜ ਹੈ ਜਿਹੜੀ ਸਿਰਫ ਇਹਨਾਂ ਦੀ ਸਰਪੱਖੀ ਸ਼ਖਸੀਅਤ ਬਾਰੇ ਹੀ ਸੋਚੇ ਡੰਡੀ ਇਹ ਜ਼ਿੰਮੇਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜੁम्मे ਲੱਗੀ ਹੈ ਕਿ ਉਹ ਵੱਖ-ਵੱਖ ਜਮਾਤਾਂ ਦੇ ਸਿਲੇਬਸ ਬਣਵਾਏ ਡੰਡੀ ਪਹਿਲੀ ਤੋਂ ਦਸਵੀਂ ਤੱਕ ਦੇ ਆ ਪਾਠ ਪੁਸਤਕਾਂ ਆਪ ਤਿਆਰ ਕਰੇ ਡੰਡੀ ਇਹਨਾਂ ਪੁਸਤਕਾਂ ਵਿੱਚੋਂ ਪੰਜਾਬ ਦੇ ਬੱਚਿਆਂ ਦੇ ਇਮਤਿਹਾਨ ਲਵੇ ਡੰਡੀ ਪੰਜਾਬ ਦੇ ਅਧਿਆਪਕਾਂ ਨੂੰ ਆਪਣੇ ਵਿਦਿਅਕ ਅਤੇ ਪ੍ਰਬੰਧਕੀ ਕੰਮਾਂ ਵਿੱਚ ਹਿੱਸੇਦਾਰ ਬਣਾਵੇ ਅਤੇ ਤਜਰਬੇਕਾਰ ਅਧਿਆਪਕਾਂ ਦੀ رائے ਨੂੰ ਪੰਜਾਬ ਦੇ ਬੱਚਿਆਂ ਲਈ ਵਰਤੇ ਡੰਡੀ ਸਮੇਂ ਨਾਲ ਬਦਲਦੀ ਜ਼ਿੰਦਗੀ ਦੇ ਵਿਗਿਆਨਕ ਚਿਕਾਵਾਂ ਨੂੰ ਆਪਣੇ ਸਿਲੇਬਸਾਂ ਦਾ ਹਿੱਸਾ ਬਣਾਵੇ ਡੰਡੀ ਬੱਚਿਆਂ ਦੀ ਸਰਪੱਖੀ ਉਸਾਰੀ ਲਈ ਇੱਕ ਲੱਖ ਦੀ ਕਦਰਾਂ ਕੀਮਤਾ ਨੂੰ ਪਹਿਲ ਦੇਵੇ ਤਾਂ ਕਿ ਆਉਣ ਵਾਲੇ ਨਰੋਏ ਸਮਾਜ ਦੀ ਉਸਾਰੀ ਕੀਤੀ ਜਾ ਸਕੇ ਡੰਡੀ ਪਿਛਲੇ 25 ਸਾਲਾਂ ਵਿੱਚ ਸਕੂਲ ਬੋਰਡ ਦੀ ਪੰਜਾਬ ਦੇ ਬੱਚਿਆਂ ਅਤੇ ਅਧਿਆਪਕਾਂ ਪ੍ਰਤੀ ਜ਼ਿੰਮੇਵਾਰੀ ਦਿਨੋ-ਦਿਨ ਵਧਦੀ ਜਾ ਰਹੀ ਹੈ ਡੰਡੀ ਜਦੋਂ ਸਕੂਲ ਬੋਰਡ ਪੰਜਾਬ ਯੂਨੀਵਰਸਿਟੀ ਨਾਲੋਂ ਅਲੱਗ ਕੀਤਾ ਗਿਆ ਸੀ ਤਾਂ ਉਸ ਵੇਲੇ ਦਸਵੀਂ ਜਮਾਤ ਦਾ ਇਮਤਿਹਾਨ ਲੈਣਾ ਹੀ ਬੋਰਡ ਦੀ ਜ਼ਿੰਮੇਵਾਰੀ ਸੀ ਸਟਾਪ ਸਟਾਰਟ ਉਸ ਵੇਲੇ ਬੱਚਿਆਂ ਦੀ ਗਿਣਤੀ ਕੁਝ ਹਜ਼ਾਰ ਤੱਕ ਸੀ ਡੰਡੀ ਅੱਜ ਇਹ ਗਿਣਤੀ ਲੱਖਾਂ ਤੱਕ ਪਹੁੰਚੀ ਹੋਈ ਹੈ ਡੰਡੀ ਸਮੇਂ-ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਅਤੇ ਬੱਚਿਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਲਈ ਪੰਜਾਬ ਦੇ ਅਧਿਆਪਕਾਂ ਨੂੰ ਵਿਦਿਅਕ ਸੈਮੀਨਾਰਾ ਵਿੱਚ ਭਾਗ ਲੈਣ ਲਈ ਸੱਦਿਆ ਜਾਂਦਾ ਰਿਹਾ ਹੈ ਅਤੇ ਸਕੂਲ ਬੋਰਡ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਕਦਰਾਂ ਕੀਮਤਾਂ ਨੂੰ ਵਿਸ਼ੇਸ਼ ਅਹਿਮੀਅਤ ਦੇ ਕੇ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਲਈ ਕੁਰਬਾਨ ਹੋਈਆਂ ਖਸਤੀਆਂ ਦੇ ਜੀਵਨ ਤੋਂ ਉਤਸ਼ਾਹ ਲੈਣ ਲਈ ਪ੍ਰੇਰਨਾ ਦਾ ਸੋਮਾ ਬਣਾਇਆ ਜਾਂਦਾ ਰਿਹਾ ਹੈ ਡੰਡੀ ਪਾਠ ਪੁਸਤਕਾਂ ਵਿੱਚ ਸਕੂਲ ਸਿੱਖਿਆ ਬੋਰਡ ਦਾ ਕੇਰਾ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਨਾਲੋਂ ਵੱਡਾ ਹੈ ਡੰਡੀ ਪੰਜਾਬ ਦਾ ਕੋਈ ਅਜਾਹ ਕਾਰ ਨਹੀਂ ਜਿਸ ਦਾ ਕੋਈ ਬੱਚਾ ਸਕੂਲ ਬੋਰਡ ਨਾਲ ਸੰਬੰਧਿਤ ਕਿਸੇ ਜਮਾਤ ਵਿੱਚ ਨਾ ਪੜਿਆ ਹੋਵੇ ਡੰਡੀ ਇਸ ਕਰਕੇ ਆਉਣ ਵਾਲੀ ਪੀੜ੍ਹੀ ਦੀ ਸੋਚ ਨੂੰ ਉਸਾਰੂ ਪੱਖ ਵੱਲ ਮੋੜਨ ਦੀ ਸਕੂਲ ਬੋਰਡ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣ ਜਾਂਦੀ ਹੈ ਡੰਡੀ ਸਿੱਖਿਆ ਬੋਰਡ ਨੇ ਪਿਛਲੇ 25 ਸਾਲਾਂ ਦੇ ਇਤਿਹਾਸ ਵਿੱਚ ਕਈ ਛਲਾਗਾ ਜੋਗ ਕਦਮ ਪੁੱਟੇ ਹਨ ਡੰਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚਾਂਸਲਰ ਵਾਂਗ ਹੀ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਵੀ ਬੋਰਡ ਦੇ ਐਕਟ ਰਾਹੀਂ ਸਭ ਤੋਂ ਵੱਧ ਅਧਿਕਾਰ ਦਿੱਤੇ ਗਏ ਹਨ ਡੰਡੀ ਉਹ ਕਿਸੇ ਵੀ ਨੀਤੀ ਵਿੱਚ ਆਪਣੀ ਨਿੱਜੀ رائے ਵਰਤ ਸਕਦਾ ਹੈ ਡੰਡੀ ਅੱਜਕਲ੍ਹ ਸਕੂਲ ਬੋਰਡ ਦੁਆਰਾ ਲੈਣ ਵਾਲੇ ਸਟਾਕ